ਕਪਿਲ ਅਤੇ ਗਿੰਨੀ ਦੇ ਵਿਆਹ ਦੀ ਸਭ ਤੋਂ ਵੱਡੀ ਕਵਰੇਜ ਤੁਸੀਂ ਦੇਖ ਰਹੇ ਹੋ ਇਸ ਵਕਤ ਦੈਨਿਕ ਸਵੇਰਾ ਟੀਵੀ 'ਤੇ। ਮੈਂ ਤੁਹਾਡੇ ਨਾਲ ਮੀਤ ਔਰ ਪਹੁੰਚ ਚੁੱਕਿਆ ਮੈਂ ਸ਼ਹਿਰ ਅੰਮ੍ਰਿਤਸਰ ਦੇ ਹੌਲੀ ਸਿਟੀ ਦੇ ਵਿੱਚ ਜਿੱਥੇ ਰਹਿੰਦੇ ਨੇ ਕਪਿਲ ਸ਼ਰਮਾ। ਪਰ ਦੇਖ ਰਹੇ ਹੋ ਮੇਰੇ ਪਿੱਛੇ ਕਪਿਲ ਦਾ ਘਰ ਆ, ਪਰ ਇੱਥੇ ਇਸ ਵਕਤ ਰੌਣਕ ਬਿਲਕੁਲ ਵੀ ਨਹੀਂ ਹੈਗੀ ਹੈ। ਦੱਸ ਦਿਓ ਤੁਹਾਨੂੰ ਕਿ ਅੱਜ ਜਾਗਰਣ ਦਾ ਜਿਹੜਾ ਫੰਕਸ਼ਨ ਆ ਉਹ ਰੱਖਿਆ ਗਿਆ, ਪਰ ਕਿਤੇ ਨਾ ਕਿਤੇ ਬਰਸਾਤ ਕਰਕੇ ਇਸ ਫੰਕਸ਼ਨ ਨੂੰ ਜਾਂ ਤਾਂ ਕੈਂਸਲ ਕਰ ਦਿੱਤਾ ਗਿਆ ਜਾਂ ਇਸ ਨੂੰ ਪੋਸਟਪੋਨ ਕਰ ਦਿੱਤਾ ਗਿਆ। ਹਾਲਾਂਕਿ ਇਸ ਗੱਲ ਦੀ ਵੀ ਪੁਸ਼ਟੀ ਨਹੀਂ ਹੋਈ ਕਿ ਫੰਕਸ਼ਨ ਕਿੱਥੇ ਹੋ ਰਿਹਾ ਹੈਗਾ, ਕਿਉਂਕਿ ਜਿਵੇਂ ਕਿ ਕਪਿਲ ਨੇ ਰਿਵੀਲ ਕੀਤਾ ਸੀਗਾ ਕਿ ਜੋਤੀ ਪ੍ਰਚੰਡ ਅੱਜ ਦੇ ਦਿਨ ਹੋਏਗਾ, ਪਰ ਪਿੱਛੇ ਤੁਸੀਂ ਮੇਰੇ ਦੇਖ ਸਕਦੇ ਹੋ ਕੋਈ ਵੀ ਰੌਣਕ ਨਹੀਂ ਹੈ। ਈਵਨ ਇੱਥੋਂ ਤੱਕ ਕਿ ਕਪਿਲ ਦੇ ਜੋ ਫੈਨਸ ਇੱਥੇ ਆ ਰਹੇ ਨੇ ਉਹ ਕਿਤੇ ਨਾ ਕਿਤੇ ਨਿਰਾਸ਼ ਹੋ ਕੇ ਜਾ ਰਹੇ ਨੇ ਕਿ ਅਸੀਂ ਕਪਿਲ ਨੂੰ ਨਹੀਂ ਦੇਖ ਪਾ ਰਹੇ, ਔਰ ਘਰ ਦੇ ਵਿੱਚ ਜਾਣ ਦੀ ਵੀ ਐਂਟਰੀ ਬਿਲਕੁਲ ਵੀ ਨਹੀਂ ਹੈਗੀ। ਜੋ ਉੱਥੇ ਗਾਰਡਸ ਨੇ ਉਹ ਮਨਾ ਕਰ ਰਹੇ ਨੇ ਕਿ ਘਰ ਦੇ ਵਿੱਚ ਕੋਈ ਵੀ ਨਹੀਂ ਆ ਸਕਦਾ, ਇਹ ਕਪਿਲ ਦੇ ਵੱਲੋਂ ਕਿਹਾ ਗਿਆ। ਨਾਲ ਇਹ ਵੀ ਕਿਹਾ ਜਾ ਰਿਹਾ ਕਿ ਜੋ ਨਜ਼ਦੀਕੀ ਹੋਟਲਸ ਨੇ, ਰੈਡੀਸਨ ਦਾ ਨਾਮ ਲਿੱਤਾ ਜਾ ਰਿਹਾ ਕਿ ਉੱਥੇ ਫੰਕਸ਼ਨ ਹੋਏਗਾ, ਪਰ ਖਾਸ ਗੱਲ ਇਹ ਸੋਚਣ ਵਾਲੀ ਹੈਗੀ ਹੈ ਕਿ ਜੋਤੀ ਪ੍ਰਚੰਡ ਜਾਂ ਗੱਲ ਕਰੀਏ ਜਾਗਰਣ ਦੀ, ਉਹ ਕਿਸੇ ਹੋਟਲ ਦੇ ਵਿੱਚ ਤਾਂ ਨਹੀਂ ਹੋ ਸਕਦਾ। ਹੋ ਸਕਦਾ ਕਿ ਇਸੇ ਘਰ ਦੇ ਵਿੱਚ ਥੋੜ੍ਹੀ ਦੇਰ ਤੋਂ ਬਾਅਦ ਉਹ ਫੰਕਸ਼ਨ ਸ਼ੁਰੂ ਹੋਵੇ, ਕਿਉਂਕਿ ਬਰਸਾਤ ਦੇ ਕਰਕੇ ਕਿਤੇ ਨਾ ਕਿਤੇ ਇਹ ਫੰਕਸ਼ਨ ਦੇ ਵਿੱਚ ਖਲਲ ਜ਼ਰੂਰ ਪਈ ਹੈ। ਬਾਕੀ ਦੈਨਿਕ ਸਵੇਰਾ ਟੀਵੀ ਦੀ ਟੀਮ ਇੱਥੇ ਪਹੁੰਚ ਚੁੱਕੀ ਹੈ, ਤੁਹਾਨੂੰ ਪਲ ਪਲ ਦੀ ਖਬਰ ਮਿਲੇਗੀ ਕਪਿਲ ਅਤੇ ਗਿੰਨੀ ਦੀ ਮੈਰਿਜ ਫੰਕਸ਼ਨ ਤੱਕ ਦੀ। ਫਿਲਹਾਲ ਕੈਮਰਾ ਪਰਸਨ ਰਵੀ ਦੇ ਨਾਲ ਮੈਂ ਮੀਤ ਸ਼ਰਮਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ।